ਹੁਣ ਦੇਖਣਾ ਇਹ ਹੈ ਕਿ ਉਹ ਅਨਹਦ ਬਾਣੀ ਜਿਹਨੂੰ ਗੁਰ ਸ਼ਬਦ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਇਹ ਅਨਹਦ ਬਾਣੀ ਅਨਹਦ ਸ਼ਬਦ ਬਾਣੀ ਅਨਹਦ ਸ਼ਬਦ ਸ਼ਬਦ ਮੂਹਰੇ ਵੀ ਇਹ ਐਡਜੈਕਟਿਵ ਹੈਗਾ, ਬਾਣੀ ਮੂਹਰੇ ਵੀ ਐਡਜੈਕਟਿਵ ਹੈਗਾ। ਹੱਦ ਤੋਂ ਪਰੇ ਬੇਅੰਤ ਅਗਮ ਅਗੁੱਚ ਉਹ ਸ਼ਬਦ ਉਹ ਬਾਣੀ ਉਹ ਬਾਣੀ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰੀਆਂ ਕੱਟਾਂ ਦੇ ਵਿੱਚ ਉਹੀ ਰਾਮ ਉਹੀ ਬਾਣੀ ਉਚਰੀ ਹੈ। ਆਹ ਹੁਣ ਇੱਥੇ ਔਰ ਖਿਚੜੀ ਬੋਲ ਰਹੀ ਹੈ, ਜੇ ਕਿਸੇ ਹੋਰ ਬੋਲੀ ਚ ਬੋਲ ਰਹੀ ਹੈ ਤਾਂ ਹੈ ਤਾਂ ਉਹੀ ਬਾਣੀ, ਇਹਦੀ ਸਿਰਫ ਬੋਲੀ ਫਰਕ ਹੈ। ਬੋਲੀ ਮਗਰ ਇਹਦੇ ਉਹ ਜਿਹੜੇ ਅਨਹਦ ਸ਼ਬਦ ਹੈ ਅਨਹਦ ਬਾਣੀ ਹੈ ਉਹ ਸੁਣ ਤੋਂ ਬੋਲਣ ਤੋਂ ਪਰੇ ਹੈ, ਲੈਂਗੁਏਜ ਤੋਂ ਪਰੇ ਹੈ, ਅਨਹਦ ਹੈ। ਜਿਹੜੀ ਅਨਹਦ ਹੋ ਗਈ ਉਹ ਸੁਣ ਕੰਨਾਂ ਦੇ ਮਹਿਦੂਦ ਕੰਨਾਂ ਚ ਮਹਿਦੂਦ ਨਹੀਂ ਰਹਿ ਸਕਦੀ, ਉਹ ਦਿਮਾਗ ਦੇ ਮਹਿਦੂਦ ਦਾਇਰੇ ਚ ਕੈਦ ਨਹੀਂ ਹੋ ਸਕਦੀ, ਕੰਨਾਂ ਦੇ ਕੰਨਾਂ ਤੋਂ ਪਰੇ ਹੈ, ਦਿਮਾਗ ਦੇ ਸਮਝ ਤੋਂ ਪਰੇ ਹੈ, ਜ਼ਬਾਨ ਦੇ ਬੋਲਣ ਤੋਂ ਪਰੇ ਹੈ, ਲੈਂਗੁਏਜ ਤੋਂ ਪਰੇ ਹੈ। ਉਹ ਕਿਵੇਂ ਸਮਝੀ ਜਾ ਸਕੇ? ਉਹ ਸਮਝੀ ਤਦੇ ਜਾ ਸਕੀ ਜਦੋਂ ਅਨਰ ਦੇਸ ਵਿੱਚ ਤੁਸੀਂ ਵਾਸਾ ਕਰੋਗੇ, ਐਸ ਦੀ ਸੁਨਾ ਦੁਨੀਆਂ ਚੋਂ ਤਿੰਨਾਂ ਗੁਣਾਂ ਤੋਂ ਜਦੋਂ ਤੁਹਾਨੂੰ ਦੂਸਰੇ ਦੇਸ਼ ਦਾ ਝਲਕਾ ਪਵੇਗਾ ਉਦੋਂ ਪਤਾ ਲੱਗੇਗਾ ਆਹੋ ਇਹ ਤਾਂ ਹੋਰ ਦੇਸ਼ ਹੈ, ਇਹ ਤਾਂ ਬੇਗਮਪੁਰਾ ਹੈ, ਦੇਸ਼ ਹੋਰ ਹੈ। ਉਹ ਦੇਸ਼ ਹੈ ਜਿੱਥੇ ਅਨਹਦ ਬਾਣੀ 24 ਘੰਟੇ ਅਨਹਦ ਧੁਨੀ, ਮੇਰਾ ਮਨ ਮੋਹਿਓ ਉੱਥੇ ਅਨਹਦ ਧੁਨੀ, ਉਸੇ ਨੂੰ ਬਾਣੀ ਹੈ ਉਹੀ ਅਨਹਦ ਧੁਨੀ ਅਨ ਉੱਥੇ ਧੁਨੀ ਨੂੰ ਵੀ ਅਨਹਦ ਕਿਹਾ ਹੈ, ਹੱਦ ਤੋਂ ਪਰੇ। ਉਹ ਦੇਸ਼ ਹੈ ਉਹ ਸਾਡੇ ਸਰੀਰ ਤੋਂ ਪਰੇ ਹੈ, ਸਾਡੀ ਸਮਝ ਤੋਂ ਪਰੇ ਹੈ, ਸਾਡੀ ਅੱਖਾਂ ਤੋਂ ਪਰੇ ਹੈ, ਬਿਲਕੁਲ ਅਦ੍ਰਿਸ਼ਟ ਹੈ, ਅਦ੍ਰਿਸ਼ਟ ਅਗੋਚਰ ਅਪਰੰਪਰ। ਉੱਥੇ ਪਹੁੰਚਣਾ, ਉੱਥੇ ਅਨਹਦ ਤੋਂ ਨਹੀਂ ਸੁਣੂ, ਸੁਣੋ ਜੀ ਉੱਥੇ ਅਨਹਦ ਤੋਂ ਨਹੀਂ ਸੁਣੂਗੀ, ਅਨਹਦ ਸ਼ਬਦ ਸੁਣੇਗਾ, ਅਨਹਦ ਨਾਮ ਸੁਣੇਗਾ। ਉੱਥੇ ਉਹ ਹਾਲਤ ਹੋਈ ਜਪਜੀ ਸਾਹਿਬ ਚ ਬਲਰਾਜ ਸਿੰਘ ਜੀ ਚਾਰ ਪੌੜੀਆਂ ਸੁਣੀਆਂ ਕੀਆਂ, ਉਹ ਸੁਣੀ ਚਾਰ ਪੌੜੀਆਂ ਤਾਂ ਪੜ੍ਹ ਲਈਆਂ, ਉੱਥੇ ਜੋ ਕੁਛ ਰਿਜ਼ਲਟ ਦੱਸਿਆ ਵੀ ਸੁਣ ਕੇ ਸੁਣੀਏ, ਸੁਣੀਏ ਨਾ ਕੀ ਰਿਜ਼ਲਟ ਹੁੰਦਾ ਹੈ, ਸੁਣੀਏ ਸਿੱਧ ਪੀਰ ਸੁਰਨਾਥ ਉਹ ਸਾਡੇ ਤੇ ਵਰਤੀ ਹੈ, ਸੁਣੀਏ ਤਲ ਤਾਲ ਵਿਕਾਸ ਸਾਰੀ ਦੁਨੀਆਂ ਸੁਣੀ, ਨਹੀਂ ਉਹ ਰਿਜ਼ਲਟ ਨਹੀਂ ਸਾਨੂੰ ਅਜੇ ਲੱਗਿਆ, ਅਸੀਂ ਉਹ ਸੁਣੀਏ ਚ ਪਹੁੰਚੇ ਨਹੀਂ ਜੇ, ਅਸੀਂ ਕੰਨਾਂ ਦੇ ਸੁਣ ਵਿੱਚ ਫਿਰਦੇ ਹਾਂ, ਕੰਨਾਂ ਚ ਫਿਰਦੇ ਹਾਂ, ਇਹ ਕੰਨਾਂ ਤੋਂ ਪਰੇ ਹੈ। ਸੁਣੀ ਹਾਂਜੀ ਕੁੰਜੀ ਕਹਿੰਦੇ ਹੈ ਕਿਸੇ ਕਿਲੇ ਦੇ ਹਜ਼ਾਰਾਂ ਹੀ ਕਮਰੇ ਹੋਣਗੇ, ਹਰ ਇੱਕ ਕਮਰੇ ਦੀ ਅਲੱਗ ਦਾ ਤਾਲਾ ਹੋਵੇਗਾ, ਉਹਦੀ ਅਲੱਗ ਦਾ ਕੁੰਜੀ ਹੋਊਗੀ। ਇੱਥੇ ਅਸੀਂ ਘਰਾਂ ਚ ਵੀ ਦੇਖ ਲਓ ਇੱਕ ਗੁੱਛਾ ਬਣਿਆ, ਪਰ ਡਾਕੂਆਂ ਕੋਲ ਸੁਣਿਆ ਕਿ ਡਾਕੂਆਂ ਕੋਲ ਇੱਕ ਮਾਸਟਰ ਕੀ ਹੁੰਦੀ ਹੈ, ਉਹ ਮਾਸਟਰ ਕੀ ਸਾਰੇ ਤਾਲੇ ਖੋਲ ਲੈਂਦੇ। ਸੋ ਜਿਹੜੀ ਉਹ ਇਲਾਹੀ ਦੇਸ਼ ਐਡਾ ਗਮ ਗੋਚਰ ਦੇਸ਼ ਹੈ ਜਿੱਥੇ ਅਨਹਦ ਬਾਣੀ ਅਨਹਦ ਧੁਨੀ ਹੈ, ਉੱਥੇ ਜੋ ਕੁਛ ਹੋ ਰਿਹਾ ਉਹਨੂੰ ਸੁਣਨ ਲਈ ਜਾਂ ਉਸ ਨੂੰ ਅਨੁਭਵ ਕਰਨ ਲਈ, ਉਹਦਾ ਰਸ ਮਾਨਣ ਲਈ, ਉਹਦਾ ਦਰਸ਼ਨ ਕਰਨ ਲਈ ਕੁੰਜੀ ਚਾਹੀਦੀ ਹੈ। ਉਹ ਦੇਸ਼ ਵਿੱਚ ਕੋਈ ਵੜ ਨਹੀਂ ਸਕਦਾ, ਅਸੀਂ ਐਸ ਦਿਮਾਗ ਨਾਲ ਵੜ ਸਕਦੇ ਹਾਂ, ਹਰਗਿਜ਼ ਨਹੀਂ। ਐਸ ਸਰੀਰ ਦੇ ਤਿੰਨਾਂ ਗੁਣਾਂ ਦੇ ਵਿੱਚ ਰਹਿ ਕੇ ਸਰੀਰ ਦੇ ਪਾਠ ਪੂਜਾ ਨਾਲ ਵੜ ਸਕਦੇ, ਹਰਗਿਜ਼ ਨਹੀਂ। ਇਹ ਮਜ਼ਬਾਨ ਜ਼ਰੀਏ ਜੇ ਵੜਨਾ ਹੁੰਦਾ ਹੁਣ ਸਾਰੇ ਉੱਥੇ ਭਾਰਤ ਧਾਰਾ ਹੋਇਆ, ਸਾਰੇ ਉਸ ਦੇਸ਼ ਵਿੱਚ ਚਲੇ ਜਾਂਦੇ। ਇਹ ਮਜ਼ਬਾਨ ਤੋਂ ਪਰੇ ਹੈ, ਸਾਡੇ ਕਰਮ ਕਾਂਡਾਂ ਤੋਂ ਪਰੇ ਹੈ, ਸਾਡੇ ਪਾਠ ਪੂਜਾ ਤੋਂ ਪਰੇ ਹੈ, ਸਾਡੀ ਦਿਮਾਗ ਤੋਂ ਪਰੇ ਹੈ,
तेरी मास्टर की है को बहुत कुंजिया नहीं है क्यों वो देश है गम है अगोचर देश है अपरापार देश है तो दूसरी दुनिया है वो असली दुनिया है झूठी दुनिया है वो असली दुनिया दी कुंजी किदे हाथ रखी है संत नाथ रखी है संत नाथ रखी कुंजी क्यों ओदे हाथ क्यों रखी है कि ओही तो है ओ पहरेदार रखे है उथे उथे बड़ी नहीं सकदा उथे उसे नु अंदर बदने जेड़ा उथो ना लायक होवे अंदर बदन दे उथो उसे चलकर दिखाया जंदा ओदा जेड़ा क्या दुनिया तो मर चुकिया होवे पाई मर चुकिया नहीं नहीं झूठ है झूठ 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 दुनिया गुमान है बलदार सिंह जी खूब 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 तेरो नाम है ए झूठिया नु ए पखंडिया वास्ते ए मजहब वाले वास्ते नहीं हो ए जिन्ने मजहब है मैं मेरी तेना गुलांच फसी है मैं पाठ करता मैं ये करता मैं वो करता मैं करी चलो सारी दुनिया इन्ने मजहब आए इन्ना कुछ होया इन्ने पाठ पूजा इन्ना दुनिया ते हो रहा है इन्ने चर्च है इन्ने गुरुद्वारे है इन्ने मुसीबत है भाई सारे तेना गुणा च फिर दे कुंजी नहीं लभी परमात्मा अपने अपने देश की कुंजी अपने पहरेदार नहीं दे पहरेदार है वो सब बड़े क्योंकि जड़े कड़े नु उथे थाउ नहीं है उथे जा ही नहीं सकता मैं साडे वर्गे मैं एक जड़े मना वाले जिंदे जागे तेना गुणा च फू फू कर दे उथे जा सकते है उथे तो मर के जाना होंगे मर के जिंद मर के मर जा इधर मरूगा तो उठ जाऊगा मर ये दुनिया से ना गुड़ा तो मर के मरना तंग दसता सानू शब्द मरे जीवे सद ही उठ जाकी जाना दूसरे नवा जन्म होना है बिल्कुल नवा जन्म होना है हो रही है गल ही हो रहा ते उठे फिर पहरेदार संत महापुरख ते जेड़े इथे लायक हुंदे है जेड़े उतां उस देश जाना मंगदे याद रखो थोनू फ्रीडम दिती है मिस्टर आजाद तेनू आजादी दिती है तेरी मर्जी है वे जिन्ना चिर इथे टक्कर मारनी है मारी जा टकरा मारे मैं करना मैं रब नू ले लूंगा मैं कहने इन्ने पाठ मैं चाली चाली था बैठा कोई कोई कहना मैं सा मैं फलाना पाठ किया कोई कहना मैं इन्ना कुछ किया मैं इन्ना कुछ भाई करी जाओ उस मर के जाना है जिंदे तो उ जिंदा तो उन्ना चिर है कस तो मरना हूं ऐसा सवाल यह है कस तो मरना मैं मेरी तो तू तेरी च पहुंचा जेड़ा मैं मेरी चो खत्म हो गया वो उथो दा हकदार ठंड बुला के कहने लै भी आ जा तेरे वास्ते दरवाजा खुला तू मर गया हम दुनिया तो कहती चो मैं मेरी तो सारा दिन मैं पाठ करदा मैं गुरुद्वारे जाना मैं कीर्तन करदा मैं बड़ा सिख है छोटा सिख है मैं बड़ा मुसलमान है मैं फलाना वह तो मैं मेरी फिर दे मरे नहीं है जे मरे नहीं जरा इतो मरूगा ओ इतो मरने वास्ते कहा किसने मरना है शरीर ने मरना नहीं शरीर ने नहीं मरना इस शरीर का कोई अर्थ नहीं रखता ये पंच तत्व का पुतला इन्हें थोड़ो मरना इतने मरना की नहीं है ये तो हजारा बार अगे मरे हैं रब तक कोई नहीं मिले किन्नी बारी मरे किन्नी बारी जनता आ रहा रब तक कोई नहीं मिले उस देश का सानू दाखला कोई ना मिले ये मरना नहीं सिर्फ मरना नहीं वो तो मैं मरनी है